ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਮੇਰੇ ਵੀਰ ਭਰਾ ਸਾਰੇ ਠੀਕ ਹੀ ਹੋਣਗੇ। ਅਤੇ ਬਾਈ ਜੀ ਅੱਜ ਆਪਾਂ ਗੱਲ ਕਰਦੇ ਹਾਂ ਕੁਝ ਕਬੂਤਰਬਾਜ਼ੀ ਦੀ, ਕਿਉਂਕਿ ਬਹੁਤ ਸਾਰੇ ਵੀਰਾਂ ਦੇ ਨਾ ਕੁਐਸਚਨ ਹੁੰਦੇ ਆ ਕੁਝ, ਅਤੇ ਉਹਨਾਂ ਕੁਐਸਚਨਾਂ ਦੇ ਆਪਾਂ ਕੁਝ ਜਵਾਬ ਦੇਵਾਂਗੇ। ਨਾਲੋਂ ਨਾਲ ਤੁਹਾਨੂੰ ਕਬੂਤਰਬਾਜ਼ੀ ਦਾ ਆਪਾਂ ਸ਼ੌਂਕ ਕਰਾਉਂਦੇ ਹਾਂ ਆਪਣੇ ਕੋਠੇ 'ਤੇ ਬੈਠੇ ਹਾਂ। ਬਾਈ ਜੀ ਸਾਰਿਆਂ ਨੂੰ ਪਹਿਲਾਂ ਜਿਹੜੇ ਆਪਣੇ ਨਵੇਂ ਖਿਡਾਰੀ ਆ ਨਾ, ਉਹਨਾਂ ਵਾਸਤੇ ਇੱਕ ਛੋਟੀ ਜਿਹੀ ਬੇਨਤੀ ਆ ਵੀ ਬਾਈ ਕਬੂਤਰ ਜਿਹੜਾ ਹੈਗਾ ਨਾ, ਜਦੋਂ ਵੀ ਕੋਈ ਵੀ ਤੁਸੀਂ ਨਵਾਂ ਕਿਤੋਂ ਵੀ ਲੈ ਕੇ ਆਉਂਦੇ ਹੋ ਨਾ, ਉਹਨੂੰ ਡਾਇਰੈਕਟ ਜਿਹੜਾ ਹੈਗਾ ਆਪਣੇ ਕਬੂਤਰਾਂ ਦੇ ਵਿੱਚ ਲਿਆ ਕੇ ਨਾ ਵਾੜਿਆ ਕਰੋ। ਜਦੋਂ ਕੋਈ ਵੀ ਕਬੂਤਰ ਲੈ ਕੇ ਆਉਣਾ, ਉਹਨੂੰ ਘੱਟੋ ਘੱਟ 10-15 ਦਿਨ ਜਿਹੜਾ ਹੈਗਾ ਅਲੱਗ ਤੋਂ ਇੱਕ ਖੁੱਡੇ ਦੇ ਵਿੱਚ ਰੱਖਿਆ ਜਾਵੇ, ਉਹਨਾਂ ਦਾ ਇੱਕ ਟ੍ਰੀਟਮੈਂਟ ਕੀਤਾ ਜਾਵੇ। ਟ੍ਰੀਟਮੈਂਟ ਕੀਤਾ ਜਾਵੇ ਉਹਨਾਂ ਦਾ, ਉਹਨਾਂ ਨੂੰ ਮੈਟਰੋਜੈਲ, ਐਨਰੋਸਿਨ ਅਤੇ ਲਿਵ 52, ਇਹ 3 ਚੀਜ਼ਾਂ ਜਿਹੜੀਆਂ ਹੈਗੀਆਂ ਆ ਕੰਟੀਨਿਊ ਜਿਹੜੀਆਂ 5-7 ਦਿਨ ਪਾਈਆਂ ਜਾਣ। ਜੇਕਰ ਉਹਨਾਂ ਦੇ ਅੰਦਰ ਕੋਈ ਵਾਇਰਸ ਹੋਊਗਾ ਤਾਂ ਉਹ ਜਿਹੜਾ ਵਾਇਰਸ ਆ ਵੀਰ ਜੀ, ਉਹ ਨਾਲੋਂ ਨਾਲ ਜਿਹੜਾ ਬਾਹਰ ਆ ਜੂਗਾ ਜੀ। ਅਤੇ ਜੇ ਕੋਈ ਦਿੱਕਤ ਹੋਈ ਉਹਨਾਂ ਕਬੂਤਰਾਂ 'ਚ ਪਤਾ ਲੱਗ ਜੂ, ਤੁਸੀਂ ਫਿਰ ਉਹਨਾਂ ਕਬੂਤਰਾਂ ਨੂੰ ਆਪਣੇ ਕਬੂਤਰਾਂ ਦੇ ਵਿੱਚ ਜਿਹੜਾ ਛੱਡ ਸਕਦੇ ਹੋ ਜੀ। ਇਹ 3 ਚੀਜ਼ਾਂ ਜਿਹੜੀਆਂ ਦਵਾਈਆਂ ਹੈਗੀਆਂ ਹਮੇਸ਼ਾ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਆ ਜੀ। ਐਨਰੋਸਿਨ, ਠੀਕ ਹੈ ਜੀ, ਅਤੇ ਲਿਵ 52 ਹਿਮਾਲਿਆ ਦੀ ਲਿਕੁਇਡ ਬੰਦਿਆਂ ਵਾਲੀ ਜਿਹੜੀ ਹੈਗੀ ਆ ਲੈਣੀ ਹੈ ਜੀ, ਠੀਕ ਹੈ ਜੀ। ਅਤੇ ਆਪਾਂ ਦੂਜੀ ਜਿਹੜੀ ਹੈਗੀ ਆ ਕੋਈ ਹੋਰ ਨਹੀਂ ਲੈਣੀ ਹੈਗੀ। ਅਤੇ ਐਨਰੋਸਿਨ ਜਿਹੜੀ ਹੈਗੀ ਆ ਇਹ ਮੁਰਗੀਆਂ ਦੀ ਪੋਲਟਰੀ ਫਾਰਮ ਵਾਲੀ ਜਿਹੜੀ ਦਵਾਈ ਹੁੰਦੀ ਹੈਗੀ ਆ ਜੀ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਇਹਦੀ ਡੋਜ਼ ਜਿਹੜੀ ਹੈਗੀ ਆ, 1 ml ਜਿਹੜੀ ਪੈਣੀ ਹੈਗੀ ਆ ਐਨਰੋਸਿਨ 1 ਲੀਟਰ ਵਿੱਚ, ਅਤੇ 1.5 ਤੋਂ 2 ml ਜਿਹੜੀ ਲਿਵ 52 ਪਾ ਸਕਦੇ ਹਾਂ। ਅਤੇ 1 ਕੁੰਡੇ ਦੇ 1 ਲੀਟਰ ਪਾਣੀ ਦੇ ਵਿੱਚ 3-4 ਗੋਲੀਆਂ ਜਿਹੜੀਆਂ ਅਸੀਂ ਮੈਟਰੋਜੈਲ ਦੀਆਂ ਘੋਲ ਸਕਦੇ ਹਾਂ ਜੀ। ਅਤੇ ਇਹ ਜੀ ਆਪਣੇ ਕੁਝ ਪੰਛੀ ਨੇ, ਇਹ ਆਪਣੇ ਫਰੈਂਡ ਦੇ ਨੇ, ਆਪਾਂ ਲਿਆਉਂਦੇ ਨੇ ਇੱਥੇ। ਇਹ ਦੇਖੋ ਜੀ, ਇਹ ਵਿੱਚ ਰਾਜਨ ਵਾਲਿਆਂ ਦੇ ਵਿੱਚੋਂ ਵੀ ਪੱਠੇ ਪੱਠੀਆਂ ਹੈਗੇ ਨੇ ਇਹਦੇ ਵਿੱਚ, ਵਧੀਆ ਉਡਾਰ ਦੇ ਮਾਲਕ ਆ, ਉੱਡੇ ਹੋਏ ਕਬੂਤਰ ਨੇ। ਅਤੇ ਤੁਹਾਨੂੰ ਆਪਾਂ ਸਾਰੇ ਦੇ ਸਾਰੇ ਆਪਣੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਜੀ। ਕੋਸ਼ਿਸ਼ ਰਹਿੰਦੀ ਆ ਕਿ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਆਪਾਂ ਸ਼ੌਂਕ ਵੀ ਸਾਂਝਾ ਕਰਦੇ ਰਹੀਏ ਜੀ। ਅਤੇ ਬਾਈ ਜੀ ਹੁਣ ਜਿੱਦਾਂ ਆਪਾਂ ਕਬੂਤਰਾਂ ਦੇ ਜਿਹੜੇ ਪਰ ਪੱਟਣੇ ਆ, ਕਈਆਂ ਨੇ ਵੀਰਾਂ ਨੇ ਪੱਟ ਦਿੱਤੇ ਅਤੇ ਕਈ ਹਾਲੇ ਤੱਕ ਪੱਟਣਗੇ ਜੀ। ਅਤੇ ਤੁਹਾਨੂੰ ਇਹ ਚੀਜ਼ ਦੱਸਦੀ ਹੈ ਕਿ ਇਹਨਾਂ ਦੇ ਜਿਹੜਾ ਹੈਗਾ ਘੱਟੋ ਘੱਟ 1 ਹਫ਼ਤਾ ਪਹਿਲਾਂ ਜਿਹੜੀ ਡੀਵੋਰਮਿੰਗ ਕਰਨੀ ਜਿਹੜੀ ਬਹੁਤ ਜ਼ਰੂਰੀ ਆ ਜੀ। ਕਈ ਵਾਰ ਬੰਦੇ ਇੱਦਾਂ ਹੀ ਪੱਟ ਦਿੰਦੇ ਆ। ਕਬੂਤਰਾਂ ਦੇ ਸੋਕੇ 'ਚ ਆਉਣ ਦਾ ਵੱਡਾ ਕਾਰਨ, ਹੱਡੀ ਕੱਢਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਕਬੂਤਰਾਂ ਦੇ ਅੰਦਰ ਕੀੜੇ ਹੁੰਦੇ ਆ, ਜਿਹੜੀ ਅਸੀਂ ਕਿ ਮਲੱਪਾਂ ਵਾਲੀ ਦਵਾਈ ਇਹਨਾਂ ਨੂੰ ਨਹੀਂ ਲਗਾਉਂਦੇ, ਡੀਵੋਰਮਿੰਗ ਨਹੀਂ ਕਰਦੇ। ਇਹਨਾਂ ਨੂੰ ਜਿਹੜਾ ਡੀਵੋਰਮਿੰਗ ਕਰਨਾ ਜਿਹੜਾ ਇਹਨਾਂ ਦੀ ਬਹੁਤ ਜ਼ਰੂਰੀ ਆ। ਪੇਟ 'ਚ ਕੀੜੇ ਨਹੀਂ ਹੋਣਗੇ, ਕਬੂਤਰ ਤੰਦਰੁਸਤ ਹੋਣਗੇ, ਇੱਕਦਮ ਜਿਹੜੇ ਹੈਗੇ ਥੱਲੋਂ ਗੋਲ ਹੋ ਜਾਣਗੇ। ਹੁਣ ਕਈ ਵੀਰ ਕਹਿੰਦੇ ਕਿ ਡੀਵੋਰਮਿੰਗ ਲਈ ਆਪਾਂ ਕਿਹੜੀ ਗੋਲੀ ਲਾਈਏ? ਬਾਈ ਜੀ ਡੀਵੋਰਮਿੰਗ ਦੇ ਲਈ ਤੁਸੀਂ ਡੌਂਟਰਲ ਪਲੱਸ, ਈਜ਼ੀ ਪੈਟ ਜਾਂ ਬਾਹਰ ਦੀਆਂ ਵੀ ਬਹੁਤ ਸਾਰੀਆਂ ਗੋਲੀਆਂ ਹੁਣ ਤਾਂ ਆਉਂਦੀਆਂ ਹੈਗੀਆਂ ਨੇ, ਅਤੇ ਤੁਸੀਂ ਕੋਈ ਵੀ ਜਿਹੜੀ ਹੈਗੀ ਆ ਯੂਜ ਕਰ ਸਕਦੇ ਹੋ। ਜਿਹੜੀ ਤੁਸੀਂ ਗੋਲੀ ਇੱਕ ਵਾਰ ਯੂਜ ਕੀਤੀ ਆ ਨਾ, ਨੈਕਸਟ 3 ਮਹੀਨੇ ਬਾਅਦ ਜਿਹੜੀ ਹੈਗੀ ਤੁਸੀਂ ਬਦਲ ਕੇ ਯੂਜ ਕਰਨੀ ਆ ਜੀ। ਜੇਕਰ ਬਦਲ ਕੇ ਯੂਜ ਕਰੋਗੇ ਤਾਂ ਉਹਦਾ ਫਾਇਦਾ ਹੋਊਗਾ। ਨਾਲ ਤੁਸੀਂ ਹਾਈਟੈਕ ਦੀ ਵੀ ਵਰਤੋਂ ਕਰ ਸਕਦੇ ਹੋ ਵਿੱਚ ਵਿੱਚ, ਠੀਕ ਆ। ਅਲਵਿੰਡਾਜੋਲ ਯੂਜ ਕਰ ਸਕਦੇ ਹੋ। ਅਸੀਂ ਕੀ ਕਰਦੇ ਹੈਗੇ ਹਾਂ ਜੀ, ਜਿਵੇਂ ਇੱਕ ਵਾਰ 3 ਮਹੀਨੇ 'ਚ ਆਪਾਂ ਲਾ ਦਿੱਤੀ ਈਜ਼ੀ ਪੈਟ ਜਾਂ ਆਪਾਂ ਲਾ ਦਿੱਤੀ ਹੈਗੀ ਆ ਅਲਵਿੰਡਾਜੋਲ, ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ ਆ, ਸੋਰੀ ਡੌਂਟਰ, ਉਸ ਤੋਂ ਬਾਅਦ ਮਹੀਨੇ ਬਾਅਦ ਮੈਂ ਅਲਵਿੰਡਾਜੋਲ ਦੀ ਵਰਤੋਂ ਕਰਦਾ ਹੁੰਦਾ ਜੀ, ਅਤੇ ਉਹ ਅਸੀਂ ਪਾਉਂਦੇ ਰਹਿੰਦੇ ਹਾਂ ਜੀ। ਜਿਹਦੇ ਨਾਲ ਕਬੂਤਰ ਦੇਖ ਸਕਦੇ ਹੋ ਤੁਸੀਂ, ਹਰ ਤਰ੍ਹਾਂ ਦੇ ਨਾਲ ਤੁਹਾਨੂੰ ਤੰਦਰੁਸਤ ਮਿਲਣਗੇ। ਇਹ 1 ਖੁੱਡੇ ਦੇ ਦਿਖਾਏ ਆ ਤੁਹਾਨੂੰ ਕਬੂਤਰ, ਆਪਾਂ ਸਾਰੇ ਖੁੱਡਿਆਂ ਦੇ ਤੁਹਾਨੂੰ ਅੱਜ ਕਬੂਤਰ ਦਿਖਾਉਂਦੇ ਹਾਂ ਆਪਣੇ। ਅਤੇ ਕਬੂਤਰਾਂ ਦੀ ਜਿਹੜੀ ਪਰ ਪਟਾਈ ਹੈਗੀ ਆ, ਜਿਹੜੇ ਪਰ 'ਤੇ ਕਬੂਤਰਾਂ ਦੇ ਨਵੇਂ ਆ ਗਏ ਆ ਉਹ ਨਹੀਂ ਪੱਟਣੇ। ਇਹ ਬਾਈ ਜੀ ਆਪਾਂ ਆਪਣੇ ਨਵੇਂ ਖਿਡਾਰੀਆਂ ਨੂੰ ਦੱਸ ਰਹੇ ਹਾਂ, ਜਿਹੜੇ ਮੇਰੇ ਵੀਰ ਐਕਸਪੀਰੀਅੰਸ ਹੋਲਡਰ ਆ ਉਹਨਾਂ ਵਾਸਤੇ ਐਸਾ ਕੁਛ ਨਹੀਂ ਹੈਗਾ ਆ। ਕਈ ਵਾਰ ਵੀਰ ਕਮੈਂਟ ਕਰਦੇ ਆ ਵੀ ਨੋਰਮਲ ਸਾਨੂੰ ਪਤਾ ਹੀ ਆ ਵੀ ਕੀ ਦੱਸਣ ਦਿਓ, ਪਹਿਲਾਂ ਦੱਸ ਦਈਏ ਸਿਰਫ ਨਵੇਂ ਖਿਡਾਰੀ, ਕਈਆਂ ਵੀਰਾਂ ਨੂੰ ਨਹੀਂ ਪਤਾ ਹੁੰਦਾ। ਇਹ ਉਹਨਾਂ ਵਾਸਤੇ ਆ ਵੀ ਜਿਹੜੇ ਪਰ ਪੱਟਣੇ ਆ, ਜਿਹੜੇ ਨਵੇਂ ਪਰ ਆਏ ਹੁੰਦੇ ਕਈ ਵੀਰ ਉਹ ਵੀ ਪੱਟ ਦਿੰਦੇ ਆ, ਬਈ ਉਹ ਨਹੀਂ ਪੱਟਣੇ ਹੈਗੇ, ਉਸ ਤੋਂ ਅਗਲੇ ਜਿਹੜੇ ਰਹਿੰਦੀਆਂ ਕਲੀਆਂ ਹੈਗੀਆਂ ਉਹ ਪੱਟਣੀਆਂ ਨੇ ਆਪਾਂ ਜੀ, ਠੀਕ ਆ ਜੀ। ਅਤੇ ਇਹ ਆਪਣੇ ਹੈਗੇ ਆ ਜੀ ਵੱਡੇ ਕਬੂਤਰ, ਜਿੰਨੇ ਵੀ ਜੋੜਿਆਂ ਵਾਲੇ ਕੁਝ ਨੇ ਬੱਚੇ ਵੀ ਕੱਢ ਲਏ ਨੇ ਜੀ। ਇਹ ਜਿੰਨੇ ਕਬੂਤਰ ਤੁਹਾਨੂੰ ਆਪਾਂ ਹੁਣ ਦਿਖਾ ਰਹੇ ਹਾਂ ਤੁਹਾਡੇ ਸ਼ੌਂਕ ਲਈ ਆ ਜੀ, ਇਹ ਸੇਲ ਨਹੀਂ ਹੈਗੇ। ਕਈ ਸਾਲਾਂ ਦੀ ਮਿਹਨਤ ਦੇ ਨਾਲ ਬਣੇ ਆ ਜੀ ਆਪਣੇ ਜਿਹੜੇ ਕਬੂਤਰ। ਬਾਜ਼ੀਆਂ ਇਸ ਵਾਰ ਆਪਣੀਆਂ ਕਾਫੀ ਉੱਡਣਗੀਆਂ ਅਤੇ ਤੁਹਾਨੂੰ ਜਿਹੜਾ ਹੈਗਾ ਲਾਈਵ ਬਾਜ਼ੀਆਂ ਵੀ ਦਿਖਾਵਾਂਗੇ।
एक करो शौक मेरे वीर। बाकी वीर जी एक होर चीज तुहानू दसीए, जदों हुण आपां पर पट दित्ते आ तां इन्हां नूं जिहड़ा हैगा आ 10 क दिन आपां ना गर्म दाणा नाल जरूर पाणा हैगा आ, जिवें मसर मोठ मगज इह जिहड़ा आपां खुराक दे विच जिहड़ा आपां पा सकदे आ जी। ते चने जिहड़े हैगे आ 15-20 दिन तक नाल पाउणे ने, तां जो जिहड़े चने हैगे आ ना इह वधिया इहदे नाल वी जिहड़े पर वधिया हुंदे ने, क्योंकि इहदे विच प्रोटीन काफ़ी हुंदा आ ते कबूतर जिहड़े हैगे कमजोर नहीं हुंदे, क्योंकि जदों पर पटदे आ खून बनता इन्हां दा शरीर दे विच काफ़ी। ते नाल इक तुहानूं विटामिन दस दिंदे आ जी, इक आंदा प्रोवी बूस्ट आंदा है जी, उह तुसीं वरत सकदे हो जी, उहदी वरतों कर सकदे हो जी। उहदे नाल वी जिहड़ा हैगा आ कबूतरां नूं जिहड़ी बहुत ताकत मिलदी आ, विटामिन मिलदे ने जी। ते जिन्ने वी मेरे वीर हैगे आ इस गल दा खास ध्यान रखण कि कबूतरां दी जिहड़ी हैगी आ लापरवाही ना करियो, कोई भी नवां कबूतर अपने कबूतरां च ना पायो, क्योंकि नहीं तो सारे दे सारे कबूतर जाणगे। कई बार जिहड़ा हैगा अपने वीर सोचदे आ कि यार जिथों मैं लिआंदे उत्थे दा कबूतर तंदरुस्त सी, बई जी हर थां दा पौण पाणी जिहड़ा वक्खरा हुंदा आ, हर किसी दा हिसाब किताब पाणी जिहड़ा आपां कबूतरां नूं दिंदे इहदा वी फर्क पैंदा। ते कोशिश करियो कि हुण जिहड़ा हैगा तुसीं कबूतर कितों ना ही लै के आवो तो चंगा आ, क्योंकि बाजियां दे देना जेकर एक बारी बीमारी शुरू हो गई तो फिर वीरे कोई इलाज नहीं हुंदा। कई बार वीरां दे फोन आंदे कहिंदे भाई साडे कबूतरां नूं घूमणी पै गई जी, भाई घूमणी ते पैणी आ जदों आपां बाहरों कबूतर लै के आवांगे, ते तुसीं बाहरों जिहड़ा कबूतर लिया के ना ही विच कोई कबूतरां दे पावो तां उह चंगा आ जी। इह जी अपने ब्रीडर जोड़े, इहनां दे बच्चे उड्डणगे जी इस बार बाजियां दे विच। आपां तुहानूं जिहड़ा हैगा सारे दे सारे जिहड़े इहनां दे बच्चियां दा वी शौक करावांगे जी। टोटल कबूतर दिखाने जी, लगभग अपने को 250 कबूतर हैगा जी इस बार, तो उड़ाउन लो भी ठीक आ, हले तक मालक की कृपा तंदुरुस्त ने साडे सारे दे सारे कबूतर जी। ये अपना ब्रीडर कबूतर जिन्हां दा तुहानूं आपां शौक कराया जी, कुछ ने अंडे रखे हुए ने जी, ते बच्चियां ते भी बैठे ने। ये एक खुड्डा कबूतरां दा जी, ये दो देखो बच्चे छोटे छोटे कड्डे ने बैठे ने जी। भाई जी आपां विच इहदे कख ना पराली पा दिंदे आ ज़्यादातर, ते दो बच्चे ये भी हैगे ने जी पराली पा दी दी आ, जिहदे नाल जिहड़ा हैगा आ इन्हां नूं निग चढ़िया रहिंदा विच ना, तो हुंदे ना जिहड़े झोने दे उह वी अहीं पा दिंदे आ थोड़े बहुते। ते खुड्डे दे विच जिहड़ा हैगा हुण तुहानूं दस दिए आपां रेता जरूर यूज करदे आ जी, इहदे विच आपां कली मिक्स कीती होई आ चूना, जिहदे नाल इक ते बीमारी नहीं आउंदी, दूजा जिहड़ियां बिठां देख लो विच मिक्स हो जांदियां, आपां छानणा लै के इहनूं बाद च छान लईदा आ जी, ते फिर बहुत वधिया जिहड़ा हैगा सिस्टम जिहड़ा इहदा बण जांदा आ जी। इह आपणे कोल कालीआं अक्खां दे काले वी ने ते पूरे रत्ते वी ने जी। इह जी आपणा दूसरा खुड्डा ही, एक खुड्डा अपना ये है जी, ये साढ़े को मिक्स है, कुछ देसी ने तो कुछ मलवई ने जी। ये अपना एक डब्बा है जी, यदि जोड़ी लवेंगे, ये किसी सज्जन तो आपा लिया जी, उस्ताद काला मिलर गंज वाला उन्होंने तो लिया सी, ते ये जरा साल टेढ़ा हो गया सी पहला जी, ते इहदी काफ़ी ट्रीटमेंट किया, हुण ठीक हो गया जी। ये करो शौक, ये अपना जी फेवरेट जोड़ा जिहड़ा लाल दे नाल बैठा होया ना, ये तुहानूं दिखाने आ जी, चिट्टियां अखां दे अपने कबूतर, अपना दिल खिचवां जोड़ा है जी, रूम वर्गा पोला शरीर है जी इस कबूतर दा जिहड़ा परले बन्ने बैठा आ, ते मन खुश करदा है कबूतर अपने, मतलब सारे कबूतरां चों वधिया लगदा मैनूं ये जिहड़ा जोड़ा अपना जी, सोहना भी बहुत आ ते इहनां दी उडार भी बहुत ज़्यादा है जी, चिट्टियां अखां दे कबूतर ने जी ये।
ਆਪਣੀ ਬਾਈ ਜੀ ਕੋਸ਼ਿਸ਼ ਰਹਿੰਦੀ ਆ ਕਿ ਵੀਰਾਂ ਨੂੰ ਸ਼ੌਂਕ ਕਰਾਉਂਦੇ ਰਹੀਏ, ਆਪਣਾ ਵੀ ਵਧੀਆ ਟਾਈਮ ਪਾਸ ਹੋ ਜਾਂਦਾ ਅਤੇ ਕੁਝ ਆਪਣੇ NRI ਵੀਰ ਆ ਉਹ ਵੀ ਜਿਹੜੇ ਵੀਡੀਓ ਉਡੀਕਦੇ ਰਹਿੰਦੇ ਨੇ, ਇਹ ਕੁਝ ਵਿੱਚ ਆਪਾਂ ਲੱਠੇ ਰੱਖੇ ਹੋਏ ਨੇ ਜੀ ਬੱਚੇ ਪਲਾਉਣ ਨੂੰ। ਇਹ ਵੀ ਇੱਕ ਜੋੜਾ ਇੱਥੇ ਵੀ ਹੈਗਾ ਆ ਲੱਠਿਆਂ ਦਾ ਸਾਡਾ, ਇਹਨੇ ਬੱਚੇ ਕੱਢੇ ਹੋਏ ਆ ਸ਼ਾਇਦ। ਅੱਜ ਤੁਹਾਨੂੰ ਇੱਕ ਟੈਡੀ ਕਬੂਤਰੀ ਦਿਖਾਉਂਦੇ ਆਪਣੇ ਇੱਕ ਫਰੈਂਡ ਦੀ ਆ, ਆਪਣੀ ਨਹੀਂ ਹੈਗੀ ਜੀ, ਇਹਦੀਆਂ ਅੱਖਾਂ ਬਹੁਤ ਸਾਫ਼ ਨੇ, ਚਿੱਟੀਆਂ ਦੁੱਧ ਅੱਖਾਂ ਨੇ ਜੀ, ਇੰਨੀਆਂ ਚਿੱਟੀਆਂ ਅੱਖਾਂ ਆਪਣੇ ਕਿਸੇ ਕਬੂਤਰ ਦੀਆਂ ਹੈ ਹੀ ਨਹੀਂ। ਇਹ ਦੇਖੋ ਜੀ ਚਿੱਟੀਆਂ ਦੁੱਧ ਅੱਖਾਂ ਜੀ, ਰੰਗ ਇਹਦੇ ਹੱਲੇ ਵੀ ਪੱਕੇ ਲੱਗੇ ਹੋਏ ਨੇ ਜੀ, ਬਹੁਤ ਹੀ ਵਧੀਆ ਕਬੂਤਰੀ ਆ ਜੀ ਇਹਦੀ। ਇਸ ਕਬੂਤਰ ਦੇ ਨਾਲ ਇਹਦੀ ਜੋੜੀ ਆ, ਮਲਵਈ ਦੇ ਨਾਲ ਇਹਨੇ ਜੋੜੀ ਲਾਈ ਹੋਈ ਆ ਜੀ, ਚਿੱਟੀਆਂ ਅੱਖਾਂ ਦਾ ਇਹ ਵੀ ਸਾਡਾ ਕਬੂਤਰ ਆ, ਹਜ਼ਾਰ ਵਾਲਿਆਂ 'ਚੋਂ ਇਹ ਸਾਡਾ ਕਬੂਤਰ ਹੈ ਜੀ। ਬਾਕੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਇਹ ਜੀ ਆਪਣਾ ਦੂਸਰਾ ਖੁੱਡਾ, ਇਹ ਇੱਕ ਆਪਣਾ ਬਦਾਮੀ ਕਬੂਤਰ ਲਾਲ ਸਰਾ, ਇਹ ਦੇਸੀ ਹੈ ਜੀ, ਇਹ ਕਰੋ ਸ਼ੌਂਕ ਮੇਰੇ ਲਈ। ਇਹ ਜੀ ਦੂਸਰਾ ਖੁੱਡਾ, ਇੱਕ ਇਹ ਹੈ ਜੀ ਸਾਡਾ ਕੱਚੀਆਂ ਪੀਲੀਆਂ ਅੱਖਾਂ ਦਾ, ਇਹ ਬਾਈ ਹਰਮਨ ਪੁੱਲੀ ਵਾਲਾ ਜਾਦੂ ਸਰਪੰਚ ਦੇ ਘਰੋਂ ਆਇਆ ਹੋਇਆ ਜੀ, ਟਿਕਦਾ ਹੀ ਨਹੀਂ ਆ। ਤੁਹਾਨੂੰ ਸ਼ੌਂਕ ਕਰਾਉਂਦੇ ਇਸ ਕਬੂਤਰ ਦਾ ਜੀ। ਇਹ ਦੇਖੋ ਜੀ ਕਬੂਤਰ ਦੀਆਂ ਅੱਖਾਂ, ਬਹੁਤ ਹੀ ਚੰਗਾ ਕਬੂਤਰ ਹੈ। ਇਹ ਜੀ ਆਪਣਾ ਦੂਸਰਾ ਖੁੱਡਾ ਹੈ, ਇੱਕ ਖੁੱਡੇ ਦਾ ਹੋਰ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਜੀ। ਇਹ ਜਿੰਨੇ ਨੇ ਲਗਭਗ ਇਹਦੇ ਵਿੱਚ ਸਾਡੇ ਬਰੀਡਰ ਹੀ ਕਬੂਤਰ ਨੇ ਜੀ, ਇਸ ਖੁੱਡੇ ਵਿੱਚ ਵੀ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਇਹ ਲਓ ਜੀ ਕਰੋ ਸ਼ੌਂਕ ਮੇਰੇ ਵੀਰ। ਕਿੱਦਾਂ ਦੇ ਲੱਗਦੇ ਜੀ ਕਬੂਤਰ ਦੱਸਣਾ ਜ਼ਰੂਰ। ਇਹ ਕਬੂਤਰ ਅੰਡਿਆਂ 'ਤੇ ਬੈਠਾ ਹੋਇਆ ਜੀ। ਇਸ ਵਾਰ ਜੀ ਆਪਣੇ ਏਰੀਏ 'ਚ ਵੀ ਵਧੀਆ ਦੜੇ ਜਿਹੜੇ ਹੋ ਜਾਣਗੇ ਜੀ ਲਗਭਗ, ਅਤੇ ਘਰ ਦੀਆਂ ਬਾਜ਼ੀਆਂ ਜਿਹੜੀਆਂ ਉਹ ਵੀ ਤੁਹਾਨੂੰ ਲਾਈਵ ਦਿਖਾਵਾਂਗੇ ਅਤੇ ਬਾਹਰ ਵਾਲੀਆਂ ਵੀ ਲਾਈਵ ਦਿਖਾਵਾਂਗੇ ਜੀ, ਕਿਉਂਕਿ ਆਪਣੇ ਕੋਲ ਜਿਹੜਾ ਹੈਗਾ ਜੀ ਕੈਮਰਾ ਆ ਚੁੱਕਾ, ਆਪਣੇ ਇੱਕ ਫਰੈਂਡ ਨੇ ਆਪਾਂ ਨੂੰ ਕੈਮਰਾ ਲਿਆ ਦਿੱਤਾ ਜੀ, ਸੋਨੂ ਵੀਰ USA ਵਾਲੇ, ਅਤੇ ਆਪਾਂ ਜਿਹੜਾ ਹੈਗਾ ਇਸ ਵਾਰ ਵੀਡੀਓ ਤੁਹਾਨੂੰ ਲਾਈਵ ਦਿਖਾਵਾਂਗੇ ਕਾਫੀ, ਜਿੱਥੇ ਵੀ ਪਹੁੰਚ ਸਕੇ ਜੀ। ਇਹ ਹੈ ਜੀ ਇੱਕ ਇੱਧਰ ਵੀ ਅੰਡਿਆਂ 'ਤੇ ਬੈਠਾ ਹੋਇਆ ਜੋੜਾ,
ਇਹ ਜਿੰਨੇ ਨੇ ਲਗਭਗ ਵੱਡੇ ਜੋੜੇ ਨੇ ਜੀ। ਇਹ ਹੈ ਜੀ ਆਪਣੇ ਵੱਡੇ ਕਬੂਤਰ। ਕੁਝ ਉੱਪਰ ਬੈਠੇ ਨੇ, ਇਹਨਾਂ ਦਾ ਵੀ ਸ਼ੌਂਕ ਕਰੋ। ਇਹ ਆਪਣਾ ਕੋਕਾ ਕੋਲਾ ਕਬੂਤਰ, ਇਹਨੇ ਬੱਚਾ ਵੀ ਕੋਕਾ ਕੋਲਾ ਕੱਢਿਆ। ਇੱਕ ਉਹ ਤੁਹਾਨੂੰ ਦਿਖਾਉਂਦੇ ਹਾਂ ਜੀ, ਦੂਸਰੇ ਖੁੱਡੇ ਦੇ ਵਿੱਚ ਹੈ ਜੀ, ਉਹ ਆਪਾਂ ਉਡਾਵਾਂਗੇ ਇਸ ਵਾਰ। ਬਾਕੀ ਸ਼ੌਂਕ ਕਿੱਦਾਂ ਦਾ ਲੱਗਾ ਜੀ ਦੱਸਣਾ ਜ਼ਰੂਰ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਨਾ ਜੀ। ਇੱਕ ਖੁੱਡਾ ਇਹ ਸੀ ਜੀ, ਬਾਕੀ ਖੁੱਡਿਆਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਜੀ। ਇਹ ਜੀ ਕਬੂਤਰ ਹੁਣ ਆਪਣੇ ਜਿਹੜੇ ਬਾਹਰ ਆਏ ਹੋਏ ਨੇ, ਇਸ ਟਾਈਮ ਚੁਗਣ ਲਈ ਜਾਲੇ ਦੇ ਵਿੱਚ ਆ ਜਾਂਦੇ ਨੇ। ਧੁੱਪ ਲੱਗਣ ਵਾਸਤੇ ਜਿਹੜਾ ਹੈਗਾ ਜਾਲਾ ਵੀ ਆਪਾਂ ਜਿਹੜਾ ਲਗਾਇਆ ਹੋਇਆ ਜੀ। ਕੁਝ ਨਵੀਆਂ ਜੋੜੀਆਂ ਵੀ ਛੱਡੀਆਂ ਨੇ, ਇਹ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ। ਇਹ ਹੈ ਜੀ ਇੱਕ ਜੋੜੀ ਇਹ ਲਗਾਈ ਹੈ ਜੀ ਆਪਾਂ। ਦੇਖੋ ਕਰੋ ਸ਼ੌਂਕ ਤੇ ਦੱਸੋ ਜੀ ਕਿਹੋ ਜਿਹੀ ਲੱਗਦੀ ਆ। ਖੱਟੀਆਂ ਦੀ ਇਹ ਕਬੂਤਰੀ ਆ ਅਤੇ ਚਿੱਟੀਆਂ ਦਾ ਕਬੂਤਰ ਆ ਜੀ। ਇਹ ਇੱਕ ਜੋੜੀ ਲਾਈ ਹੈ ਅਤੇ ਇੱਕ ਤੁਹਾਨੂੰ ਹੋਰ ਦਿਖਾਉਂਦੇ ਹਾਂ ਜੀ। ਇਹ ਹੈ ਜੀ ਇੱਕ ਜੋੜੀ ਇਹ ਲਾਈ ਹੈ, ਇਹ ਡੱਬੀ ਕਬੂਤਰੀ ਹੈ ਜੀ ਚਿੱਟੀਆਂ ਅੱਖਾਂ ਦੀ, ਅਤੇ ਇਹਦੇ ਨਾਲ ਚਿੱਟੀਆਂ ਅੱਖਾਂ ਦਾ ਇਹ ਕਬੂਤਰ ਲਾਇਆ ਹੈ ਜੀ। ਕਰੋ ਸ਼ੌਂਕ ਮੇਰੇ ਵੀਰ, ਇਹ ਜੋੜੇ ਬੜੀ ਮਿਹਨਤਾਂ ਦੇ ਨਾਲ ਬਣਾਏ ਆ ਜੀ, ਪੈਸੇ ਵੀ ਬਹੁਤ ਖਰਚ ਕੀਤੇ ਨੇ ਬਾਈ ਜੀ। ਇੱਕ ਹੋਰ ਗੱਲ ਕਰੀਏ ਆਪਾਂ, ਆਪਾਂ ਨੂੰ ਬੜੀ ਵਾਰ ਫੋਨ ਆਉਂਦਾ ਬੰਦਿਆਂ ਦਾ, ਬਾਈ ਜੀ ਆਪਾਂ ਨੂੰ ਕਬੂਤਰ ਦਵਾ ਦਿਓ ਚੰਗੇ ਉੱਡਣ ਵਾਲੇ ਚਾਹੀਦੇ ਆ। ਬਾਈ ਜਿਹੜੇ ਵੀਰ ਨੇ ਚੰਗੇ ਉੱਡਣ ਵਾਲੇ ਦੇਣੇ ਆ ਨਾ ਬਾਈ, ਉਹ ਚੰਗੇ ਪੈਸੇ ਮੰਗਦਾ ਆ, ਕਿਉਂਕਿ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਜਿਨ੍ਹਾਂ ਨੇ ਪੈਸੇ ਲਾਏ ਨੇ, ਉਹ ਸਸਤੇ ਨਹੀਂ ਦਿੰਦੇ ਹੈਗੇ। ਅਤੇ ਕੁਝ ਮੇਰੇ ਵੀਰ ਕਰਦੇ ਹੁੰਦੇ ਆ ਯੂਪੀ ਤੋਂ, ਬਹੁਤ ਸਾਰੇ ਬਾਈ ਜੋ ਹੈ ਨਾ ਫੋਨ ਕਰਦੇ ਆ ਕਿ ਬਾਈ ਹਮਕੋ ਦਵਾ ਦਿਲਾ ਦਿਓ, ਔਰ 500 ਰੁਪਏ ਮੈਂ ਸ਼ਾਮ ਉੱਡਣ ਤੱਕ ਦਾ ਕਬੂਤਰ ਮੰਗਦੇ ਆ। ਮੈਂ ਕਿਹਾ ਬਾਈ ਮੇਰੇ ਸੇ ਆਪ 2000 ਲਓ, ਮੇਰੇ ਕੋਲ ਦੋ ਸ਼ਾਮ ਤੱਕ ਉੱਡਣੇ ਵਾਲਾ ਕਬੂਤਰ, ਠੀਕ ਹੈ ਨਾ ਬਾਈ। ਹਮਾਰੇ ਜਹਾਂ ਪੰਜਾਬ ਮੇਂ ਅਗਰ ਕੋਈ ਅੱਛਾ ਬੱਚਾ ਵੀ ਲੈਣਾ ਨਾ ਕਿਸੀ ਸੇ, ਕੋਈ ਵੀ ਖਿਡਾਰੀ ਆ, ਤੋ 2000 ਸੇ ਕਮ ਨਹੀਂ ਮਿਲਤਾ ਅੱਛਾ ਬੱਚਾ ਵੀ, ਠੀਕ ਆ। ਅਗਰ ਵਹੀ ਆਪਣੇ ਗੱਲੇ ਸੇ ਵਾਲੇ ਖਰੀਦਣੇ ਆ ਨਾ ਕਬੂਤਰ, ਤੋ ਫਿਰ ਗੱਲੋਂ ਵਾਲੇ ਕੀ ਗੱਲੇ ਜੈਸੀ ਉਡਾਣ ਹੋ ਗਈ, ਫਿਰ ਆਪ ਬੋਲਤੇ ਹੋ ਬਾਈ ਉਸਨੇ ਮੇਰੇ ਕੋਲ ਐਸੇ ਕਬੂਤਰ ਦੀਏ ਥੇ ਮੇਰੇ ਪਾਸ ਉੜੇ ਨਹੀਂ। ਬਾਈ ਉੜੇਂਗੇ ਬਈ, ਜਿਤਨੇ ਪੈਸੇ ਖਰਚ ਕਰੋਗੇ ਉਤਨੇ ਹੀ ਉੜੇਂਗੇ ਨਾ। ਤੋ ਐਸਾ ਹੁੰਦਾ ਕਿ ਜਿਸ ਬਾਈ ਨੇ ਵੀ ਵੇਚਣੇ ਆ ਬਾਈ, ਉਸਨੇ ਤੋ ਬੋਲਣੇ ਹੈ ਕਿ ਅੱਛੇ ਉੜਤੇ ਆ। ਅਗਰ ਆਪਣੇ ਗਰੰਟੀ ਲੈਣੀ ਆ ਜੋ ਗਰੰਟੀ ਵਾਲੇ ਬੰਦੇ ਹੋਤੇ ਆ ਉਨਸੇ ਲਓ, ਜੋ ਗੱਲੇ ਵਾਲੇ ਆ ਉਨਕੋ ਉਹ ਤੋ ਖੁਦ ਆਗੇ ਸੇ ਲੈ ਕੇ ਆਤੇ ਆ ਨਾ। ਆਪ ਕੋਸ਼ਿਸ਼ ਕਰੋ ਜਿਨ ਭਾਈਓ ਨੇ ਤੋ ਬਾਜੀ ਉਡਾਣੀ ਹੈ ਨਾ, ਵੋ ਡਾਇਰੈਕਟ ਉਸ ਬੰਦੇ ਸੇ ਕਬੂਤਰ ਲਓ ਜੋ ਘਰ ਪੇ ਉਡਾਤਾ, ਔਰ ਉਡਾ ਕੇ ਦੇਖ ਲਓ ਜ਼ਿਆਦਾ ਦਿੱਕਤ ਆਏ ਤੋ, ਠੀਕ ਹੈ ਨਾ। ਐਸੇ ਮੈਂ ਤੋ ਕੋਈ ਵੀ ਜੋ ਹਮਾਰਾ ਭਾਈ ਝੂਠ ਨਹੀਂ ਬੋਲਤਾ ਪੰਜਾਬ ਮੇਂ, ਠੀਕ ਆ ਜੀ। ਤੋ ਜੋ ਗੱਲੇ ਵਾਲੇ ਸੇਲ ਕਾ ਜਿਨ ਕਾ ਕਾਮ ਹੈ ਉਨਕੀ ਕੋਈ ਗਰੰਟੀ ਨਹੀਂ ਹੋਤੀ, ਕਿਉਂਕਿ ਉਨ ਭਾਈਓ ਨੇ ਵੀ ਉਨਕੀ ਵੀ ਨਹੀਂ ਉਸਮੇ ਗਲਤੀ ਹੋਤੀ, ਕਿਉਂਕਿ ਉਨ੍ਹੋਂਨੇ ਖੁਦ ਬਾਹਰ ਸੇ ਲਾਏ ਹੋਤੇ ਹੈ ਕਬੂਤਰ। ਅਬ ਜਹਾਂ ਸੇ ਲਾਏ ਆ ਵੋ ਤੋ ਬੋਲੇਂਗੇ ਜਿਸਨੇ ਵੇਚਨੇ ਆ ਕਿ ਹਮਾਰੇ ਅੱਛੇ ਉੜਤੇ ਹੈ। ਤੋ ਇਸ ਲਈ ਜੋ ਵੀ ਮੇਰਾ ਭਾਈ ਹੈ ਕਬੂਤਰ ਖਰੀਦਤਾ ਹੈ ਕਹੀਂ ਸੇ ਵੀ ਲੇਤਾ ਹੈ, ਤੋ ਵੋ ਡਾਇਰੈਕਟ ਜੋ ਹੈ ਨਾ ਜਹਾਂ ਪੇ ਉੜਤੇ ਹੋ ਕਬੂਤਰ ਵਹਾਂ ਸੇ ਲੈ ਲਿਆ ਕਰੇ, ਜਾਂ ਫਿਰ ਜਿਸ ਪੇ ਆਪਕੋ ਯਕੀਨ ਆ, ਫੇਥ ਹੈ, ਵਿਸ਼ਵਾਸ ਹੈ, ਉਸੀ ਸੇ ਕਬੂਤਰ ਲੇ ਆਪ। ਇੱਕ ਇਹ ਹੈ ਜੀ ਆਪਣੇ ਕਬੂਤਰ, ਇਹ ਚ ਇੱਕ ਜੋੜੀ ਆ ਅਤੇ ਤਿੰਨ ਜਿਹੜੇ ਇਕੱਲੇ ਨੇ, ਇਹ ਛੱਡਿਆ ਹੋਇਆ ਜੀ। ਇਹ ਆਪਣੀ ਮਖਿਆਲੀ ਕਬੂਤਰੀ, ਇਹਦਾ ਇੱਕ ਬੱਚਾ ਵੀ ਕਢਾਇਆ ਆਪਾਂ �ਇੱਕ ਆਪਣੇ ਫਰੈਂਡ ਨੂੰ ਗਿਫਟ ਕਰ ਦਿੱਤਾ ਇਹਦਾ, ਮਖਿਆਲੀ ਦਾ ਬੱਚਾ ਜਿਹੜਾ ਸੀ।
ਤੇ ਇਹਦਾ ਹੁਣ ਜੋੜਾ ਆਪਾਂ ਲਗਾਇਆ ਲਾਲਚੀ ਨੇ ਚਿੱਟੀਆਂ ਅੱਖਾਂ ਵਾਲੇ ਨਾਲ ਜੀ। ਬਾਕੀ ਤੁਹਾਨੂੰ ਅਜੇ ਤੱਕ ਆਪਣੇ ਉੱਡਣ ਵਾਲੇ ਕਬੂਤਰ ਹੁਣ ਦਿਖਾ ਦਿੰਦੇ ਹਾਂ ਜੀ। ਇਹ ਹੈ ਜੀ ਆਪਣੀ ਵੱਡੀ ਸ਼ਾਹ ਅੱਖੀ ਬਰੀਡ ਜ਼ਿਆਦਾਤਰ। ਹੈਲੋ ਜੀ, ਆ ਕਰੋ ਸ਼ੌਂਕ ਆਪਣੇ ਸ਼ਾਹ ਅੱਖਿਆਂ ਦਾ। ਇਹਦੇ ਵਿੱਚ ਆਪਾਂ ਕਾਫ਼ੀ ਕਬੂਤਰ ਖਿੱਚ ਲਏ ਨੇ ਜੀ, ਇਹ ਸਾਰੇ ਬਾਜ਼ੀਆਂ ਉੱਡਣਗੇ ਜੀ। ਬੈਰੀ ਬਹੁਤ ਜ਼ਿਆਦਾ ਪੈਂਦੀ ਆ ਜੀ, ਜਿਹਦੇ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਜੀ। ਅਤੇ ਇਸ ਵਾਰ ਆਪਾਂ ਘੱਟੋ ਘੱਟ 70-80 ਕਬੂਤਰ ਜਿਹੜੇ ਹੈਗੇ ਆ ਲੈਸ ਕੀਤੇ ਨੇ ਜੀ ਪੱਟ ਕੇ। ਵਿੱਚ ਕੁਝ ਲੈਸ ਵੀ ਹੈਗੇ ਨੇ ਬਾਈ ਜੀ, ਇਹ ਤੁਹਾਡੇ ਸ਼ੌਂਕ ਲਈ ਆ, ਇਹ ਸੇਲ ਨਹੀਂ ਹੈਗੇ ਜੀ, ਕਿਉਂਕਿ ਅਸੀਂ ਖੁਦ ਬਾਜ਼ੀਆਂ ਉਡਾਉਣੀਆਂ ਆ ਜੀ। ਮੈਂ ਕਿਹਾ ਅੱਜ ਘਰਿਆਂ ਦੇ ਭਰਾਵਾਂ ਨੂੰ ਸ਼ੌਂਕ ਕਰਾਉਂਦੇ ਆਪਣੇ ਸਾਰੇ ਕਬੂਤਰਾਂ ਦਾ ਜੀ। ਇਹ ਕੁਝ ਉੱਪਰ ਵੀ ਬੈਠੇ ਨੇ ਜੀ, ਇਹ ਆਪਣੇ ਸ਼ਾਹ ਆਖੇ ਕਿੱਦਾਂ ਦੇ ਲੱਗੇ ਜੀ ਜ਼ਰੂਰ ਦੱਸਿਓ ਜੀ। ਇਹ ਬਾਈ ਜੀ ਆਪਣੇ ਸ਼ਾਮ ਨੂੰ 6-6 12-12 ਘੰਟੇ ਦੀ ਇਹਨਾਂ ਨੇ ਉਡਾਨ ਦਿੱਤੀ ਆ ਸਾਨੂੰ। ਪਿਛਲੀ ਵਾਰ 2 ਕਬੂਤਰੀਆਂ ਇਹਨਾਂ ਚੁਹਾਡੀਆਂ ਉੱਡਦੀਆਂ ਹੈਗੀਆਂ ਸੀ, ਅਤੇ ਸ਼ਾਮ ਨੂੰ ਹੀ ਬਹਿੰਦੀਆਂ ਸੀ ਜੀ 6 ਵਜੇ ਤੋਂ ਬਾਅਦ ਪੂਰੀ ਗਰਮੀ ਦੇ ਵਿੱਚ ਜੀ। ਕੁਝ ਇਹ ਨੇ ਅਤੇ ਕੁਝ ਦੂਸਰੇ ਖੁੱਡਿਆਂ 'ਚ ਵੀ ਦਿਖਾਉਂਦੇ ਹਾਂ ਜੀ। ਇਸ ਵਾਰ 3 ਖੁੱਡਿਆਂ ਦੇ ਵਿੱਚ ਜਿਹੜੇ ਉੱਡਣ ਵਾਲੇ ਹੀ ਆਪਾਂ ਛੱਡੇ ਨੇ ਲਗਭਗ। ਇਹ ਹੈ ਜੀ, ਬਾਕੀ ਇਹ ਵੀ ਲੈਸ ਕੀਤੇ ਹੋਏ ਨੇ ਜੀ, ਇਹਨਾਂ ਦੇ ਖੰਭ ਬਾਹਰ ਨਹੀਂ ਕੱਢੇ, 4-5 ਦਿਨ ਹੋਏ ਨੇ। ਇਹ ਵੀ ਸਾਰੇ ਬਾਜ਼ੀਆਂ ਉੱਡਣਗੇ ਜੀ। ਕਰੋ ਸ਼ੌਂਕ ਮੇਰੇ ਵੀਰ। ਦਾਣਾ ਪਾਣੀ ਜਿਹੜਾ ਹੈਗਾ ਜਦੋਂ ਪੱਟ ਦਿੰਦੇ ਹਾਂ ਜੀ ਪੂਰਾ ਵਧੀਆ ਹੀ ਪਾਉਣੇ ਪੈਂਦਾ ਇਹਨਾਂ ਨੂੰ, ਜੇਕਰ ਉਡਾਰ ਲੈਣੀ ਆ ਤਾਂ, ਕਿਉਂਕਿ ਹੁਣ ਤੋਂ ਹੀ ਦਾਣਾ ਪਾਣੀ ਵਧੀਆ ਚੱਲਣਾ ਆ। ਸਿਆਲਾਂ ਤੋਂ ਹੀ ਚੱਲ ਰਿਹਾ ਜੀ, ਪਰ ਹੁਣ ਜਿਹੜਾ ਹੈਗਾ ਕੁਛ ਖਾਸ ਹੀ ਇਹਨਾਂ ਦਾ ਧਿਆਨ ਦੇਣੇ ਪੈਂਦਾ ਹੈਗਾ ਆ ਜੀ। ਇੱਕ ਗੱਲ ਦੱਸਦੀ ਹੈ ਜੀ, ਜਦੋਂ ਕਬੂਤਰ ਪੱਟੇ ਜਾਂਦੇ ਆ ਇਹਨਾਂ ਨੂੰ ਕੋਈ ਵੀ ਜਿਹੜੀ ਹੈਗੀ ਆ ਐਂਟੀਬਾਇਟਿਕ ਨਾ ਦਿਓ, ਨਹੀਂ ਤਾਂ ਪਰ ਖਰਾਬ ਹੋ ਜਾਣਗੇ। ਕੁਝ ਵੀਰ ਕੀ ਕਰਦੇ ਹੈਗੇ ਆ, ਇਹਨਾਂ ਨੂੰ ਐਂਟੀਬਾਇਟਿਕ ਦੇਣ ਲੱਗ ਜਾਂਦੇ ਆ ਦਵਾਈਆਂ। ਕੋਈ ਵੀ ਮੈਡੀਕਲੀ ਦਵਾਈ ਇਹਨਾਂ ਨੂੰ ਨਹੀਂ ਦੇਣੀ ਹੈਗੀ ਜਦੋਂ ਇਹਨਾਂ ਦੇ ਪਰ ਪੱਟੇ ਹੋਣ। ਇਹ ਜੇਕਰ ਕੋਈ ਢਿੱਲਾ ਮੱਠਾ ਹੁੰਦਾ ਤਾਂ ਦੇਸੀ ਇਲਾਜ ਹੀ ਕਰੋ ਉਹਨਾਂ ਦਾ, ਠੀਕ ਹੈ ਜੀ। ਇਹ ਆਪਣਾ ਲਾਲਚੀਨਾ ਜੀ 5 ਵਜੇ ਤੋਂ ਬਾਅਦ ਹੀ ਬੈਠਾ ਹੈਗਾ ਸੀ ਪਿਛਲੇ ਸਾਲ ਗਰਮੀਆਂ 'ਚ, ਇਸ ਵਾਰ ਫਿਰ ਤਿਆਰ ਆ ਉੱਡਣ ਦੇ ਲਈ। ਅਤੇ ਇੱਕ ਕਬੂਤਰ ਸਾਡਾ ਰਾਤ ਹੀ ਉੱਡਦਾ ਰਹਿ ਗਿਆ ਸੀ, ਉਹਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਜੀ। ਉਹ ਉੱਪਰ ਹੀ ਬੈਠਾ ਜੀ, ਇਹਦੇ ਪਰ ਕੁਝ ਨਵੇਂ ਆਏ ਸੀ ਕੁਝ ਪੁਰਾਣੇ ਸੀ, ਅਤੇ ਇਹਨੂੰ ਆਪਾਂ ਲੈਸ ਨਹੀਂ ਕੀਤਾ, ਉਹਨਾਂ ਪਰਾਂ 'ਤੇ ਉੱਡੂਗਾ। ਬਹੁਤ ਜ਼ਿਆਦਾ ਲੰਬੀ ਉਡਾਨ ਦਿੱਤੀ ਹੈ ਕਬੂਤਰ ਨੇ। ਇਹਦੇ ਨਾਲ ਦਾ ਕਬੂਤਰ 7:42 'ਤੇ ਚੀਨਾ ਬਹਿ ਗਿਆ ਸੀ, ਪਰ ਇਹ ਉੱਡਦਾ ਰਿਹਾ, ਇਹ ਰਾਤ ਬੈਠਾ ਨਹੀਂ। ਇਹਦੇ ਨਾਲ ਅਸੀਂ ਬਾਜ਼ੀ ਵੀ ਹਾਰ ਗਏ ਸੀ ਨਾ ਬੈਠਣ ਕਰਕੇ। ਇਹ ਆਪਣੇ ਲਾਲਚੀਨੇ ਜੀ। ਇਹ ਉੱਡਣ ਵਾਲਾ ਦੂਜਾ ਖੁੱਡਾ ਹੈ ਜੀ ਸਾਡਾ, ਇਹ ਜਿੰਨੇ ਵੀ ਹੈਗੇ ਸਾਰੇ ਸਾਰੇ ਉਡਾਰੂ ਕਬੂਤਰ ਨੇ ਜੀ ਸਾਡੇ, ਜੋ ਤੁਸੀਂ ਦੇਖ ਰਹੇ ਹੋ। ਇੱਕ ਖੁੱਡਾ ਹੋਰ ਰਹਿ ਗਿਆ ਜੀ, ਉਹਦਾ ਵੀ ਤੁਹਾਨੂੰ ਸ਼ੌਂਕ ਕਰਾ ਦਿੰਦੇ ਹਾਂ ਜੀ। ਹੈਲੋ, ਇਹ ਹੈ ਜੀ ਇੱਕ ਖੁੱਡਾ ਸਾਡਾ। ਵੱਡੀ ਗੱਲ ਹੈ ਜੀ ਕਬੂਤਰਾਂ ਦੀ ਤੰਦਰੁਸਤੀ, ਜੇਕਰ ਕਬੂਤਰ ਤੰਦਰੁਸਤ ਹੈ ਤਾਂ ਸਾਰਾ ਕੁਛ ਸਹੀ ਆ। ਇੱਕ ਕਬੂਤਰੀ ਆ ਸਾਡੀ, ਇਹ ਪਿਛਲੀ ਵਾਰ 3 ਬਾਜ਼ੀਆਂ ਜਿੱਤੀ ਸੀ, ਪਰ ਇਹਨੂੰ ਗਲੇ ਦਾ ਕੈਂਸਰ ਹੋ ਗਿਆ। ਇਹ ਹੈ ਜੀ, ਖਾਂਦੀ ਪੀਂਦੀ ਆ, ਪਰ ਇਹਦਾ ਗਲਾ ਜਿਹੜਾ ਹੈਗਾ ਥੱਲਿਓਂ ਬਣ ਗਿਆ, ਚ ਗੱਠ ਬਣ ਗਈ ਇਹਦੇ ਗਲੇ ਦੇ ਵਿੱਚ।
ਬਾਕੀ ਇਹ ਪੰਛੀ ਨੇ। हैलो जी, कोका कोला बच्चा जिहड़ा तुहानूं दस रहे सी इस बार बाजियां चुड़ूगा, इह नीचे उतर आया जी। इह देखो जी, करो शौक जी इस बच्चे दा। छतरी ते लगभग लग चुका है जी, बाकी इह करो कुछ कबूतर उपर बैठे ने फटियां ते इहनां दा वी तुहानूं शौक करा दिंदे हां जी। ये सारे दे सारे कबूतर जिहड़े हैगे आपां बाजियां लई तैयार कीते ने जी, जिन्ने भी तुसी देख रहे हो लगभग 70-80 दे करीब जिहड़े कबूतर साडे इस बार हैगे ने साडे कोल। मालक दी किरपा रही, तंदुरुस्त रहे ते तुहानूं वधिया शौक करके दसांगे इस बार। ये जी अपना छोटा जिहा शौक आ, बाकी जी ये आपां जाले दे विच ही दो छतरियां लाईयां होईयां आ। जदों कबूतर आपां बच्चे आ जी, इहदे ते छड्ड दईदे आ, एक दूजी छतरी तों टप्पदे रहिंदे आ ते फिर ना गिझाण दे विच कोई दिक्कत नहीं आउंदी जी, ईजीली जिहड़े हैगे आ गिझ जांदे आ जी। ते बाकी वीडियो किद्दां दी लगी जी दसना जरूर मेरे वीर, तुहाडे वास्ते वधिया तों वधिया जिहड़ी आ वीडियो आपां लै के आउंदे रहांगे जी। ते नवीं वीडियो आउण तक लई इंतजार करो, तद तक लई धन्नवाद, शुक्रिया, मेहरबानी जी।